ਸਾਤਰੀਏ ਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਕਾਨਾ ਕੱਲ ਸ਼ਾਮੀ ਆਪਾਂ ਤੁਹਾਨੂੰ ਇੱਕ ਵੱਡਾ ਸਵਾਲ ਪੁੱਛਿਆ ਸੀ ਕਿ ਇੰਨਾ ਵੱਡਾ ਝੱਖੜ ਝੁੱਲਣ ਦੇ ਬਾਵਜੂਦ ਮੇਰੇ ਖੱਬੇ ਬੰਨੇ ਜਿਹੜੀ ਕਣਕ ਤੁਸੀਂ ਦੇਖ ਰਹੇ ਹੋ ਇਹ ਖੇਤ ਦੇ ਵਿੱਚ ਸੀਨਾ ਤਾਣ ਕੇ ਖੜੀ ਹੋਈ ਹੈ ਭਲਾਂ ਕਿਉਂ ਜਦੋਂ ਕਿ ਮੇਰੇ ਸੱਜੇ ਬੰਨੇ ਵਾਲੀ ਕਣਕ ਤੇ ਮੇਰੇ ਪਿਛਲੇ ਪਾਸੇ ਨਜ਼ਰ ਆ ਰਹੀ ਕਣਕ ਇਹਨਾਂ ਨੂੰ ਝਖੇੜੇ ਨੇ ਮਧੂਰ ਕੇ ਰੱਖ ਦਿੱਤਾ ਅਜੇ ਹਾ ਕਿਉਂ ਹੋਇਆ ਆਪਾਂ ਇਹ ਸਵਾਲ ਤੁਹਾਡੇ ਤੋਂ ਪੁੱਛਿਆ ਸੀ ਇਸ ਸਵਾਲ ਦੇ ਤੁਸੀਂ ਕਈ ਜਵਾਬ ਦਿੱਤੇ ਆਪੋ ਆਪਣੀ ਸਮਝ ਮੁਤਾਬਕ ਪਰ ਇਸ ਸਵਾਲ ਦਾ ਅਸਲੀ ਜਵਾਬ ਆਪਾਂ ਹੁਣ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਮੇਰੀ ਗੱਲ ਨੂੰ ਗੌਰ ਨਾਲ ਸੁਣਿਓ ਤੇ ਜੇ ਹੋ ਸਕੇ ਤਾਂ ਮੇਰੀ ਗੱਲ ਤੇ ਭਵਿੱਖ ਦੇ ਵਿੱਚ ਅਮਲ ਕਰਿਓ ਤੁਹਾਨੂੰ ਉਹਦਾ ਭਰਪੂਰ ਲਾਹਾ ਮਿਲੇਗਾ ਸੋ ਦੋਸਤੋ ਪਹਿਲਾ ਇਹ ਵੱਡਾ ਕਾਰਟ ਇਸ ਕਣਕ ਨੂੰ ਪਹਿਲਾ ਪਾਣੀ ਅਸੀਂ ਉਦੋਂ ਲਾਇਆ ਜਦੋਂ ਇਸ ਕਣਕ ਨੇ ਪਹਿਲਾ ਪਾਣੀ ਮੰਗਿਆ ਸੀ ਕੋਈ 40 45 ਦਿਨਾਂ ਤੇ ਇਹ ਪ्योर ਕੁਦਰਤੀ ਖੇਤੀ ਵਾਲੀ ਕਣਕ ਹੈ ਇਸ ਵਿੱਚ ਨਾ ਤਾਂ ਇੱਕ ਦਾਣਾ ਡੀਏਪੀ ਦਾ ਪਾਇਆ ਗਿਆ ਤੇ ਨਾ ਹੀ ਕੋਈ ਇੱਕ ਦਾਣਾ ਯੂਰੀਆ ਇਹਨੂੰ ਲੱਗਿਆ ਪਰ ਪਹਿਲਾ ਪਾਣੀ ਉਦੋਂ ਲਾਉਣਾ ਜਦੋਂ ਕਣਕ ਮੰਗੇ ਇਹ ਗੱਲ ਜਿਵੇਂ ਕੁਦਰਤੀ ਖੇਤੀ ਵਾਲੀ ਕਣਕ ਤੇ ਲਾਗੂ ਹੁੰਦੀ ਆ ਉਵੇਂ ਇਹਨਾਂ ਬਿਨ ਕੈਮੀਕਲ ਖੇਤੀ ਵਾਲੀ ਕਣਕ ਤੇ ਵੀ ਲਾਗੂ ਹੁੰਦੀ ਹੈ ਸੋ ਇਸ ਦੇ ਕਰਕੇ ਮੈਂ ਬਾਰ-ਬਾਰ ਤੇ ਲਗਾਤਾਰ ਤੁਹਾਨੂੰ ਇਹ ਇਹਨਾਂ ਰਹਿਣਾ ਕਿ ਕਣਕ ਨੂੰ ਪਹਿਲਾ ਪਾਣੀ ਉਦੋਂ ਲਾਓ ਜਦੋਂ ਕਣਕ ਮੰਗੇ ਉਹਦੇ ਅਨੇਕਾਂ ਫਾਇਦੇ ਆ ਪਰ ਉਹਨਾਂ ਵਿੱਚੋਂ ਇੱਕ ਫਾਇਦਾ ਇਹ ਹੈ ਕਿ ਜਿਹੜੀ ਕਣਕ ਨੂੰ ਪਹਿਲਾ ਪਾਣੀ ਮੰਗਣ ਤੇ ਲੱਗੇਗਾ ਉਹ ਕਣਕ ਜਿੱਡਾ ਮਰਜ਼ੀ ਛੇੜਾ ਉਹਦੇ ਉੱਤੇ ਦੀ ਵਗ ਜੇ ਉਹ ਡਿੱਗੇਗੀ ਨਹੀਂ ਤੇ ਉਹਦੀ ਉਦਾਹਰਨ ਤੁਹਾਡੇ ਸਾਹਮਣੇ ਹੈ ਅਜਿਆ ਕਿਉਂ ਹੁੰਦਾ ਦੋਸਤੋ ਆਪਾਂ ਕਣਕ ਵੱਤਰ 'ਚ ਵੇਜਦੇ ਆਂ ਉੱਗਣ ਤੋਂ ਬਾਅਦ ਕਣਕ ਵਧਣਾ ਭੁੱਲਣਾ ਸ਼ੁਰੂ ਕਰ ਦਿੰਦੀ ਆਂ ਮਿੱਟੀ ਵਾਲੇ ਵੱਤਰ 'ਚੋਂ ਸੈੱਲ ਲੈ ਕੇ ਜਿਵੇਂ ਜਿਵੇਂ ਮਿੱਟੀ ਅੰਦਰ ਵੱਤਰ ਘਟਦਾ ਓਵੇਂ ਓਵੇਂ ਕਣਕ ਆਪਣੀ ਜੜ ਨੂੰ ਵੱਤਰ ਦੀ ਤਲਾਸ਼ ਦੇ ਵਿੱਚ ਸੈੱਲ ਦੀ ਤਲਾਸ਼ ਦੇ ਵਿੱਚ ਡੂੰਘਾ ਲੈ ਕੇ ਜਾਂਦੀ ਆ ਤੇ ਉਹਦਾ ਵੱਧ ਪਸਾਰਾ ਕਰਦੀ ਆਂ ਨਤੀਜੇ ਵਜੋਂ ਕਣਕ ਹੋ ਜਾਂਦੀ ਹੈ ਪੈਰਾਂ ਦੀ ਪੱਕੇ ਤੇ ਜੜ ਜਿੰਨੀ ਡੂੰਘੀ ਜਾਂਦੀ ਹੈ ਉਨਾ ਹੀ ਸੂਖਮ ਪੋਸ਼ਕ ਤੱਤ ਵੱਧ ਉਹਨੂੰ ਮਿਲਦੇ ਆ ਮਿੱਟੀ ਦੇ ਅੰਦਰੋਂ ਨਤੀਜੇ ਵਜੋਂ ਕਣਕ ਦਾ ਣਾੜ ਮਜ਼ਬੂਤ ਹੋ ਜਾਂਦਾ ਤੇ ਣਾੜ ਦੇ ਵਿੱਚ ਲਚਕ ਆ ਜਾਂਦੀ ਹੈ ਉਹਦੇ ਚੱਲਦਿਆਂ ਜਦੋਂ ਹਵਾ ਦੀ ਧੱਕ ਵਜਦੀ ਹੈ ਕਣਕ ਨੂੰ ਤਾਂ ਣਾੜ ਮਜ਼ਬੂਤ ਹੋਣ ਕਰਕੇ ਤੇ ਲਚਕੀਲਾ ਹੋਣ ਕਰਕੇ ਤੇ ਕਣਕ ਪੈਰਾਂ ਦੀ ਪੱਕੀ ਹੋਣ ਕਰਕੇ ਡਿੱਗਦੀ ਨਹੀਂ ਝੁਕਦੀ ਆ ਤੇ ਝੁੱਕ ਕੇ ਫੇਰ ਖੜੀ ਹੋ ਜਾਂਦੀ ਆ ਜਿਵੇਂ ਬਾਸ ਦਾ ਪੌਦਾ ਹੁੰਦਾ ਸੋ ਸਭ ਤੋਂ ਪਹਿਲਾਂ ਤੇ ਵੱਡਾ ਰੀਜ਼ਨ ਇਹ ਆ ਦੂਸਰਾ ਰੀਜ਼ਨ ਇਸ ਕਣਕ ਦਾ ਬੀਜ ਆ ਜਿਹੜਾ 30 ਤੋਂ 35 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਣਾ ਸੀ ਪਾਉਣੇ ਇਹ ਕਣਕ ਜਿਹੜੀ ਹੈਗੀ ਆ ਆਮ ਦੇ ਮੁਕਾਬਲੇ ਵੇਰਲੀ ਹੁੰਦੀ ਆ ਤੇ ਵਿਰਲੀ ਕਣਕ ਦੇ ਵਿੱਚੋਂ ਹਵਾ ਜਿਹੜੀ ਹੈਗੀ ਆ ਉਹ ਕ੍ਰੋਸ ਹੋ ਜਾਂਦੀ ਆ ਬਿਨਾਂ ਧੱਕ ਮਾਰੇ ਇਹ ਦੂਜਾ ਵੱਡਾ ਰੀਜ਼ਨ ਹੁਣ ਤੀਸਰਾ ਵੱਡਾ ਰੀਜ਼ਨ ਜਿਹੜਾ ਹੈਗਾ ਇਸ ਕਣਕ 'ਚ ਜੂਰੀਆ ਹੈ ਨਹੀਂ ਡੀਏਪੀ ਹੈ ਨਹੀਂ ਤੇ ਜਿਹੜੀਆਂ ਕਣਕਾਂ ਵਿਸ਼ੀਆਂ ਪਈਆਂ ਉਹਨਾਂ ਦੇ ਵਿੱਚ ਪਹਿਲਾਂ ਪਾਣੀ ਵੀ ਛੇਤੀ ਲੱਗਿਆ ਯੂਨੀਵਰਸਿਟੀ ਦੇ ਦੱਸੇ ਅਨੁਸਾਰ 20 ਤੋਂ 28 ਦਿਨਾਂ ਦੇ ਵਿਚਾਲੇ ਵਿਚਾਲੇ ਤੁਹਾਡਾ ਪਾਣੀ ਲੱਗਿਆ ਹੋਇਆ ਉਦੇ ਵਿੱਚ ਯੂਰੀਆ ਜਿਹੜਾ ਹੈਗਾ 3 ਤੋਂ ਲੈ ਕੇ 5.5-5 ਗੱਟੇ ਪਿਆ ਹੋਇਆ ਤੇ ਬੀਜ ਜਿਹੜਾ ਹੈਗਾ 40 ਤੋਂ ਲੈ ਕੇ 60-60 ਕਿਲੋ ਪ੍ਰਤੀ ਏਕੜ ਪਾ ਕੇ ਉਹ ਕਣਕਾਂ ਤੁਸੀਂ ਬੀਜੀਆਂ ਹੋਈਆਂ ਹੁਣ ਹੋਇਆ ਕੀ ਹੈ ਸੰਘਣੀ ਬੀਜੀ ਹੋਈ ਕਣਕ ਨੂੰ ਤੁਸੀਂ ਯੂਰੀਆ ਵੀ ਰੱਜ ਕੇ ਪਾਇਆ ਉਹਦੇ ਕਰਕੇ ਨਾੜ ਜਿਹੜਾ ਹੈਗਾ ਕਣਕ ਦਾ ਉਹ ਬੋਦਾ ਹੋ ਜਾਂਦਾ ਪਰ ਕਣਕ ਭਾਰੀ ਹੋ ਜਾਂਦੀ ਹੈ ਪਹਿਲਾਂ ਪਾਣੀ ਛੇਤੀ ਲੱਗ ਗਿਆ ਉਹਦੇ ਕਰਕੇ ਕਣਕ ਜੜ ਨੂੰ ਡੂੰਘਾ ਨਹੀਂ ਲੈ ਕੇ ਗਈ ਕਿਉਂਕਿ ਉਹਨੂੰ ਪਾਣੀ ਉੱਤੇ ਹੀ ਮਿਲ ਗਿਆ ਤਾਂ ਤੁਹਾਡੀ ਕਣਕ ਜਿਹੜੀ ਹੈਗੀ ਆ ਪੈਰਾਂ ਦੀ ਪੱਕੀ ਨਹੀਂ ਸੀ ਬੀਜ ਸੰਘਣਾ ਪਾਇਆ ਹੋਣ ਕਰਕੇ ਜਿਆਦਾ ਪਾਇਆ ਹੋਣ ਕਰਕੇ ਕਣਕ ਸੰਘਣੀ ਸੀ ਯੂਰੀਆ ਜਿਆਦਾ ਪਾਇਆ ਹੋਣ ਕਰਕੇ ਕਣਕ ਦਾ ਣਾੜ ਬੋਦਾ ਸੀ ਤੇ ਜਦੋਂ ਚਖੇੜੇ ਦੀ ਤੱਕ ਤੁਹਾਡੀ ਕਣਕ ਨੂੰ ਵੱਜੀ ਤਾਂ ਉਹਦੇ ਕਰਕੇ ਇਹ ਕਣਕ ਡੈਗ ਪੀ 나ੜ ਬੋਦਾ ਹੋਣ ਕਰਕੇ ਉਹਦੇ ਵਿੱਚ ਲਚਕਣਾ ਹੋਣ ਕਰਕੇ ਉਹ ਮੋੜ ਖੜੀ ਨਹੀਂ ਹੋ ਸਕੀ ਤੇ ਇਹੀ ਰੀਜ਼ਨ ਬਣਿਆ ਕਿ ਤੁਹਾਡੀ ਜਿਹੜੀ ਅੰਨੇਵਾ ਕੈਮੀਕਲ ਕੀਤੀ ਵਾਲੀ ਕਣਕ ਸੀ ਉਹ ਵਿਸ਼ ਗਈ ਆ ਮਧੋਰੀ ਪਈ ਆ ਤੇ ਕੁਦਰਤੀ ਖੇਤੀ ਵਾਲੀ ਕਣਕ ਜਿਹੜੀ ਹੈਗੀ ਆ ਤੁਹਾਡੇ ਸਾਹਮਣੇ ਸ਼ਾਨਦਾਰ ਅਵਸਥਾ ਦੇ ਵਿੱਚ ਖੜੀ ਹੈ ਤੇ ਜਿਹੜੇ ਕਿਸਾਨ ਭਰਾਵਾਂ ਨੇ ਕੈਮੀਕਲ ਵਾਲੀ ਖੇਤੀ ਵਾਲੀ ਕਣਕ ਨੂੰ ਵੀ ਬੀਜ ਘੱਟ ਪਾ ਕੇ ਬੀਜਿਆ 30 ਤੋਂ 40 ਕਿਲੋ ਦੇ ਵਿਚਕਾਰ ਪਾ ਕੇ ਬੀਜਿਆ ਪਹਿਲਾ ਪਾਣੀ ਕਣਕ ਨੂੰ ਮੰਗਣ ਤੇ ਲਾਇਆ ਤੇ ਯੂਰੀਆ ਜਿਹੜਾ ਹੈਗਾ ਤਿੰਨ ਘਟਿਆਂ ਤੋਂ ਘੱਟ ਪਾਇਆ ਉਹਨਾਂ ਦੀ ਕਣਕ ਵੀ ਜਿਹੜੀ ਹੈਗੀ ਆ ਜਿੱਥੇ ਮਰਜ਼ੀ ਜਾ ਕੇ ਦੇਖ ਲਿਓ ਤੁਹਾਨੂੰ ਖੜੀ ਮਿਲੂਗੀ ਜਾਂ ਟੇਢੀ ਹੋਈ ਮਿਲੂਗੀ ਵਿਸ਼ੀ ਹੋਈ ਨਹੀਂ ਮਿਲੂਗੀ ਇਹ ਮੇਰਾ 19 ਸਾਲਾਂ ਦੇ ਤਜਰਬੇ ਚੋਂ ਮੈਂ ਕਹਿ ਰਿਹਾ ਤੁਹਾਨੂੰ ਸੋ ਇਹਨਾਂ ਗੱਲਾਂ ਤੇ ਜੇ ਤੁਸੀਂ ਗੌਰ ਕਰਕੇ ਅਮਲ ਕਰੋਗੇ ਤਾਂ ਜ਼ਿੰਦਗੀ ਚ ਕਦੇ ਵੀ ਤੁਹਾਡੀ ਕਣਕ ਮਧੋੜੀ ਨਹੀਂ ਜਾਊਗੀ ਚਾਹੇ ਜਿੱਦਾਂ ਮਰਜ਼ੀ ਝਿਖੜਾ ਵਗ ਜੇ ਜਿੱਦਾਂ ਮਰਜ਼ੀ ਤੂਫਾਨ ਵਗ ਜੇ ਵਿਸ਼ੂਗੀ ਨਹੀਂ ਇਹਦੇ ਵਾਂਗੂ ਸ਼ਾਨਦਾਰ ਖੜੀ ਰਹੂਗੀ